ਸਰਸ਼ਿਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਚੈਨਲ ਦੇ ਉੱਪਰ ਕੀ ਜੇਮਸ ਵੈਬ ਟੈਲੀਸਕੋਪ ਡਾਇਨਾਸੌਰ ਦਿਖਾ ਸਕਦੀ ਹੈ ਅਨਸਰ ਹੈ ਹਾਂ ਯੈਸ ਦਿਖਾ ਸਕਦੀ ਹੈ ਕਿਵੇਂ ਦਿਖਾ ਸਕਦੀ ਹੈ ਇਹਦੇ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਅਸੀਂ ਬਹੁਤ ਮਿਹਨਤ ਤੇ ਰਿਸਰਚ ਕਰਕੇ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਉਂਦੇ ਆ ਸਾਡੀ ਮੋਟੀਵੇਸ਼ਨ ਬਣੀ ਰਹੇ ਇਸ ਲਈ ਤੁਹਾਡਾ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਸੋ ਜੇਮਸ ਵੈਬ ਟੈਲੀਸਕੋਪ ਬਾਰੇ ਗੱਲ ਕਰਾਂਗੇ ਪਹਿਲਾਂ ਤਾਂ ਇਹ ਹੈ ਕਿ ਇਹ 25 ਸਾਲ ਯਾਨੀ ਕਿ ਸਦੀ ਦਾ ਚੌਥਾ ਹਿੱਸਾ ਲਾ ਕੇ ਤਿਆਰ ਕੀਤੀ ਗਈ ਨਾਸਾ ਵੱਲੋਂ ਪਲਸ ਯੂਰਪ ਤੇ ਪਲਸ ਕੈਨੇਡਾ ਦੇ ਸਾਇੰਟਿਸਟਾਂ ਵੱਲੋਂ ਤਿਆਰ ਕੀਤੀ ਗਈ ਇੱਕ ਬਹੁਤ ਹੀ ਜਾਇੰਟ ਟੈਲੀਸਕੋਪ ਹੈ ਜਿਸ ਨੇ ਕਿ L2 ਧੁਰੇ ਤੇ ਘੁੰਮਣਾ ਹੈ ਜਾਨੀ ਕਿ ਸੂਰਜ ਦੇ ਦੁਆਲੇ ਇਹਨੇ ਚੱਕਰ ਲਾਉਣੇ ਆ ਤੇ ਇਹਦਾ ਫਰੰਟ ਮਿਰਰ ਹੈ ਜੋ ਜਿੱਥੋਂ ਇਹਨੇ ਲਾਈਟ ਕਲੈਕਟ ਕਰਨੀ ਹੈ ਬਹੁਤ ਹੀ ਵੱਡਾ ਹੈ ਜਾਨੀ ਕਿ 6.5 ਮੀਟਰ ਦਾ ਡਾਇਮੀਟਰ ਜਾਂ ਕਹਿ ਲਓ 25 ਮੀਟਰ ਸਕਰ ਇਹਦਾ ਏਰੀਆ ਬਣਦਾ ਜਿੱਥੋਂ ਇਹਨੇ ਲਾਈਟ ਕੈਪਚਰ ਕਰਨੀ ਆ ਸੋ ਉਹਦੇ ਤੇ ਉਹਨਾਂ ਨੇ ਬ੍ਰੀਲੀਅਮ ਸਪੈਸ਼ਲ ਟਾਈਪ ਦੀ ਕੋਟਿੰਗ ਯੂਜ਼ ਕੀਤੀ ਹੈ ਜੋ ਕਿ ਉਹਨੂੰ ਪੁਲਾੜ ਦੇ ਵਿੱਚ ਬਹੁਤ ਹੀ ਘੱਟ ਟੈਂਪਰੇਚਰ ਘੱਟ ਤਾਪਮਾਨ ਤੇ ਕੰਮ ਕਰਨ ਦੇ ਵਿੱਚ ਸਮਰੱਥ ਬਣਾਉਂਦੀ ਹੈ ਇਸ ਤੋਂ ਇਲਾਵਾ 골ਡ ਦੀ ਕੋਟਿੰਗ ਕੀਤੀ ਹੈ ਜੋ ਕਿ ਇਨਫਰਾ ਰੈਡ ਰੇਡੀਏਸ਼ਨ ਨੂੰ ਕੈਪਚਰ ਕਰਦੀ ਹੈ ਇਸ ਤੋਂ ਇਲਾਵਾ ਇਹਦਾ ਬਹੁਤ ਵੱਡਾ ਹਿੱਸਾ ਹੈ ਕਿ ਇਹਨੂੰ ਸਨ ਸ਼ੀਲਡ ਦਾ ਦਿੱਤਾ ਗਿਆ ਜੋ ਕਿ 20 ਮੀਟਰ ਲੰਬੀ ਤੇ 7 ਮੀਟਰ ਚੌੜੀ ਹੋਵੇਗੀ ਕੈਪਟਨ ਦੀ ਫਿਲਮ ਹੈ ਜੋ ਕਿ ਇਹਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾ ਕੇ ਰੱਖੇਗਾ ਉਹਦੀ ਹੀਟ ਤੋਂ ਬਚਾ ਕੇ ਰੱਖੇਗਾ ਜੋ ਕਿ ਇਹਨੂੰ ਅਲਟਰਾ ਲੋ ਟੈਂਪਰੇਚਰ ਤੇ ਕੰਮ ਕਰਨ ਦੇ ਕਾਬਿਲ ਬਣਾਉਂਦਾ ਹੈ ਹੁਣ ਇਹ ਕੀ ਕੀ ਕਰ ਸਕਦਾ ਹੈ ਇਹ ਟੈਲੀਸਕੋਪ ਜੋ ਹੈ 13 ਬਿਲੀਅਨ ਸਾਲ ਪਿੱਛੇ ਦੇਖ ਸਕਦਾ ਹੈ ਕਿਵੇਂ ਇਹਦੇ ਲਈ ਆਪਾਂ ਉਦਾਹਰਨ ਲੈਨੇ ਆ ਜਿਵੇਂ ਕਿ ਧਰਤੀ ਜਿਹੜੀ ਆ ਉਹ ਸੂਰਜ ਤੋਂ 500 ਸਕਿੰਟ ਪਿੱਛੇ ਚੱਲਦੀ ਹੈ ਕਿਵੇਂ ਕਿਉਂਕਿ ਜੋ ਸੂਰਜ ਤੋਂ ਜੋ ਰੋਸ਼ਨੀ ਜੋ ਪ੍ਰਕਾਸ਼ ਧਰਤੀ ਤੱਕ ਪਹੁੰਚਦਾ ਹੈ ਉਹ 500 ਸਕਿੰਟ ਲੈਂਦਾ ਇਸ ਲਈ ਜੋ ਸੂਰਜ ਸਾਨੂੰ ਨਜ਼ਰ ਆ ਰਿਹਾ ਉਹ 500 ਸਕਿੰਟ ਪਹਿਲਾਂ ਉੱਥੇ ਸੀ ਉਹ ਇਸ ਟਾਈਮ ਉੱਥੇ ਨਹੀਂ ਹੈ ਇਸੇ ਤਰ੍ਹਾਂ ਉਪਉਦਾਹਰਨ ਪੜਦੇ ਹੁੰਦੇ ਹੁੰਨੇ ਆ ਕਿ ਜਿਵੇਂ ਕਿ ਤਾਰੇ ਜੋ ਸਾਨੂੰ ਅਸਮਾਨ 'ਚ ਨਜ਼ਰ ਆਉਂਦੇ ਆ ਉਹ ਇਸ ਟਾਈਮ ਉੱਥੇ ਨਹੀਂ ਹੈ ਉਹਨਾਂ ਦੀ ਸਿਰਫ ਸਾਡੇ ਤੱਕ ਲਾਈਟ ਪਹੁੰਚ ਰਹੀ ਹੈ ਉਹਨਾਂ ਦਾ ਸਿਰਫ ਪ੍ਰਕਾਸ਼ ਪਹੁੰਚ ਰਿਹਾ ਹੈ ਤੇ ਇਸ ਦੂਰੀ ਨੂੰ ਸਾਇੰਸ ਦੇ ਵਿੱਚ ਪ੍ਰਕਾਸ਼ ਸਾਲ ਯਾਨੀ ਕਿ ਲਾਈਟ ਯਰ ਦੇ ਤੌਰ ਤੇ ਨਾਪਿਆ ਜਾਂਦਾ ਹੈ ਕਿਸੇ ਪਲੈਨਟ ਨੂੰ ਕਿਸੇ ਤਾਰੇ ਨੂੰ ਜਾਂ ਗ੍ਰਹਿ ਨੂੰ ਜਿੰਨੀ ਦੂਰ ਤੋਂ ਦੇਖਿਆ ਜਾਏਗਾ ਉਹਨਾਂ ਉਹਦਾ ਪਾਸਟ ਨਜ਼ਰ ਆਏਗਾ ਉਹਨਾਂ ਹੀ ਉਹਨੂੰ ਪੁਰਾਣਾ ਅਸੀਂ ਦੇਖ ਸਕਦੇ ਹਾਂ ਕਿਉਂਕਿ ਉਹਦੀ ਲਾਈਟ ਹਜੇ ਜਿਹੜੇ ਪੁਆਇੰਟ ਤੋਂ ਉਹਨੂੰ ਦੇਖ ਰਹੇ ਆ ਉੱਥੋਂ ਤੱਕ ਉਹਦੀ ਲਾਈਟ ਜਿਹੜੀ ਆ ਪੁਰਾਣੀ ਨਹੀਂ ਪਹੁੰਚੀ ਸੋ ਇਸੇ ਸਿਧਾਂਤ ਨੂੰ ਇਸ ਟੈਲੀਸਕੋਪ ਨੇ ਯੂਜ਼ ਕਰਨਾ ਹੈ ਇਸੇ ਸਿਧਾਂਤ ਨੂੰ ਵਰਤ ਕੇ ਇਹਨੇ ਇਨਫਰਾ ਰੈਡ ਰੇਡੀਏਸ਼ਨ ਹੈ ਜਿਹੜੀ ਉਹ ਕੈਪਚਰ ਕਰਨੀ ਹੈ ਇਨਫਰਾ ਰੈਡ ਹੁੰਦੀ ਹੈ ਜਿਵੇਂ ਕਿ ਜੋ ਆਪਣੇ ਤੱਕ ਹੀਟ ਪਹੁੰਚਦੀ ਹੈ ਸਨ ਦੀ ਹੀਟ ਪਹੁੰਚਦੀ ਹੈ ਕਰਿਆ ਪਰ ਚੁੱਲਾ ਬਾਲਦੇ ਆ ਉਹਦੀ ਵੀ ਹੀਟ ਆਪਾਂ ਨੂੰ ਸਕਿਨ ਤੇ ਫੀਲ ਹੁੰਦੀ ਹੈ ਉਹ ਕੀ ਹੈ ਇੱਕ ਇਨਫਰਾ ਰੈਡ ਰੇਡੀਏਸ਼ਨ ਹੈ ਇਸੇ ਯਾਨੀ ਕਿ ਹੀਟ ਵੇਵਸ ਨੂੰ ਜਾਂ ਕਹਿ ਲਓ ਵੀ ਇੱਕ ਤਾਪ એનર્ਜੀ ਨੂੰ ਤਾਪ ਕਿਰਨਾਂ ਨੂੰ ਯੂਜ਼ ਕਰਕੇ ਇਹਨੇ ਪਲੈਨੇਟਸ ਦਾ ਪੁਰਾਤਨ ਜੋ ਹੈ ਇਤਿਹਾਸ ਸਾਡੇ ਸਾਹਮਣੇ ਰੱਖਣਾ ਸੋ ਇਹ ਬਹੁਤ ਪਿੱਛੇ ਦੇਖ ਸਕਦੀ ਹੈ 13 ਬਿਲੀਅਨ ਸਾਲ ਤੱਕ ਇਹ ਪਿੱਛੇ ਦੇਖ ਸਕਦੀ ਹੈ ਧਰਤੀ ਦੀਆਂ ਵੀ ਪੁਰਾਣੀਆਂ ਤਸਵੀਰਾਂ ਕੈਪਚਰ ਕਰੇਗੀ ਇਸ ਤੋਂ ਇਲਾਵਾ ਸੋ ਜੋ ਸਾਡੇ ਸੂਰਜ ਸੋਲਰ ਸਿਸਟਮ ਦੇ ਵਿੱਚ ਨੌਵਾਂ ਪਲੈਨੇਟ ਆ ਉਹਦੀਆਂ ਵੀ ਪੁਰਾਣੀਆਂ ਤਸਵੀਰਾਂ ਇਹ ਕੈਪਚਰ ਕਰ ਰਹੀ ਹੈ ਇਹਨੂੰ ਛੱਡੇ ਹੋਏ ਹਜੇ 1 ਸਾਲ ਦੇ ਅਰਾਊਂਡ ਹੋਇਆ ਮਾਰਚ 2021 ਦੇ ਵਿੱਚ ਛੱਡੀ ਗਈ ਸੀ ਆਲਰੇਡੀ ਇਹਨੇ ਬਹੁਤ ਵੱਡੇ ਵੱਡੇ ਜੋ ਹੈ ਕੁਐਸਚਨ ਸੋਲਵ ਵੀ ਕੀਤੇ ਆ ਤੇ ਖੜੇ ਵੀ ਕੀਤੇ ਆ ਇੰਟਰਸਟਿੰਗ ਹੈ ਕਿ ਜੋ ਬਿਗ ਬੈਂਕ ਥਿਉਰੀ ਜਿਹਦੇ ਤੇ ਪੂਰਾ ਪਲਾਟ ਵਿਗਿਆਨ ਟਿਕਿਆ ਹੋਇਆ ਉਹਦੇ ਵਿੱਚ ਵੀ ਇਹਨੇ ਨਵੇਂ ਕਨਫਿਊਜ਼ਨ ਤੇ ਨਵੇਂ ਕੁਐਸਚਨ ਖੜੇ ਕੀਤੇ ਜਿਹਦੇ ਤੇ ਕਿ ਸਾਇੰਟਿਸਟ ਹੁਣ ਦੁਬਾਰਾ ਬੈਠ ਰਹੇ ਆ ਦੁਬਾਰਾ ਚਰਚਾ ਹੋ ਰਹੀ ਹੈ ਸੋ ਇਹ ਰੀਸ਼ੇਪ ਕਰੇਗੀ ਦੁਬਾਰਾ ਦੇਖਿਆ ਜਾਏਗਾ ਬਿਗ ਬੈਂਕ ਥਿਉਰੀ ਤੇ ਵੀ ਇਸ ਤੋਂ ਇਲਾਵਾ ਨਵੀਆਂ ਗੈਲੈਕਸੀਆਂ ਖੋਜ ਰਹੀ ਹੈ ਬਹੁਤ ਦੂਰ ਤੋਂ ਪੁਰਾਤਨ ਜਿਹੜੇ ਆ ਜੋ ਪਲੈਨਟਸ ਆ ਉਹਨਾਂ ਦੀ ਹਿਸਟਰੀ ਸਾਨੂੰ ਦਿਖਾ ਰਹੀ ਹੈ ਸੋ ਰੋਚਕ ਹੋਏਗਾ ਜੀ ਅੱਗੇ ਕੀ ਕੀ ਕਰਦੀ ਹੈ ਅੱਗੇ ਕਿਸ ਤਰ੍ਹਾਂ ਦੇ ਕੁਐਸਚਨ ਇਹ ਸੋਲਵ ਕਰਦੀ ਹੈ ਤੇ ਕਿਸ ਤਰ੍ਹਾਂ ਦੇ ਕੁਐਸਚਨ ਇਹ ਖੜੇ ਕਰਦੀ ਹੈ ਸੋ ਜਾਣਨਾ ਬਿਲਕੁਲ ਰੋਚਕ ਹੋਏਗਾ ਜਾਣਕਾਰੀ ਠੀਕ ਲੱਗੀ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ